ਵਚਨ ਨੂੰ ਹੁਣ ਮੈਂ ਬਦਲਿਓ ਨਾ। ਸੋ ਉਹਨਾਂ ਦੇ ਭਾਗ ਮਨਾ ਬੱਧੇ ਬਣੇ ਹੈ। ਬੰਦਗੀ ਕੀਤੀ ਅਸੀਂ ਦੇਖਿਆ, ਜਿਹਨਾਂ ਲੋਕਾਂ ਨੇ ਦੇਖਿਆ ਉਹਨੂੰ ਟਪਲਾ ਨਹੀਂ ਹੈ। ਬਾਕੀ ਅਸੀਂ ਵੇਦਾਂ ਸ਼ਾਸਤਰਾਂ ਗ੍ਰੰਥਾਂ ਪੋਥੀਆਂ 'ਚ ਪੜ੍ਹਦੇ ਹਾਂ, ਬੜੇ ਬੜੇ ਮਹਾਂਪੁਰਖਾਂ ਦੀਆਂ ਬਾਣੀਆਂ ਪੜ੍ਹਦੇ ਹਾਂ, ਲੇਕਿਨ ਅਸੀਂ ਅੱਖੀਂ ਕਿਸੇ ਨੂੰ ਦੇਖਿਆ ਨਹੀਂ। ਜਿਹਨਾਂ ਨੂੰ ਅਸੀਂ ਅੱਖੀਂ ਦੇਖਿਆ ਕੰਮ ਕਰਦੇ ਹਾਂ ਔਰ ਉਹਨਾਂ ਦੀਆਂ ਰਹਿਤਾਂ ਵਹਿਤਾਂ ਦੇਖੀਆਂ ਨੇ, ਖਾਣਾ ਪੀਣਾ ਦੇਖਿਆ ਹੈ, ਅਸੀਂ ਕਿੱਦਾਂ ਭੁੱਲ ਜਾਈਏ। ਉਹਨਾਂ ਨੇ ਬਹੁਤ ਕਰੜੀ ਬੰਦਗੀ ਕੀਤੀ ਹੈ, ਬਹੁਤ ਜ਼ਬਰਦਸਤ ਬੰਦਗੀ ਕੀਤੀ ਹੈ। ਇੰਨੀ ਬੰਦਗੀ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਮੈਂ ਸੱਚੇ ਪਾਤਸ਼ਾਹ, ਇਹ ਜਿਤਨੀ ਤੁਸੀਂ ਬੰਦਗੀ ਕੀਤੀ ਹੈ, ਜੇ ਤੁਸੀਂ ਕਹੋ ਕਿ ਇੰਨੀ ਬੰਦਗੀ ਕਰਕੇ ਅਸੀਂ ਕਿਸੇ ਨੂੰ ਆਪਣੇ ਦੇਸ਼ 'ਚ ਲਿਆਵਾਂਗੇ, ਫਿਰ ਨਹੀਂ ਅਸੀਂ ਜਾ ਸਕਦੇ, ਫਿਰ ਸਾਡਾ ਜਾਣਾ ਮੁਸ਼ਕਲ ਹੈ, ਨਾ ਸਾਡੇ ਕੋਲ ਹੋਣੀ ਹੈ ਨਾ ਅਸੀਂ ਜਾ ਸਕਦੇ ਹਾਂ। ਪਰ ਇੰਨਾ ਕੁ ਵਿਸ਼ਵਾਸ ਹੈ ਕਿ ਜਿੱਥੇ ਜਿਨ੍ਹਾਂ ਇੱਟਾਂ 'ਤੇ ਤੁਹਾਡੇ ਚਰਨ ਵੀ ਟਿਕੇ ਹੈ, ਜੇ ਅਸੀਂ ਉਹਨਾਂ ਇੱਟਾਂ ਵੱਲ ਧਿਆਨ ਧਰਾਂਗੇ ਤਾਂ ਤੁਹਾਡਾ ਸਰੂਪ ਸਾਡੇ ਸਾਹਮਣੇ ਆ ਜਾਏਗਾ, ਤੁਹਾਡਾ ਧਿਆਨ ਸਾਡੇ ਸਾਹਮਣੇ ਆ ਜਾਏ, ਤਾਂ ਸਾਨੂੰ ਉਮੀਦ ਹੈ ਕਿ ਸਾਡੀ ਜ਼ਰੂਰ ਕਲਿਆਣ ਹੋ ਜਾਏਗੀ, ਸਾਡੀ ਕਲਿਆਣ ਹੋ ਜਾਏਗੀ। ਬਾਬਾ ਜੀ ਦੇ ਬਚਨ ਨੇ ਵਿਸ਼ਵਾਸ ਦੀਆਂ ਬੇੜੀਆਂ ਪਾਰ, ਇਹ ਉਸ ਵਕਤ ਦੇ ਬਚਨ ਨੇ, ਅਸੀਂ ਦੋਵੇਂ ਖੜ੍ਹੇ ਸਾਂ, ਇਹ ਉਸ ਵਕਤ ਦੇ ਵਾਅਦੇ ਹੈ ਔਰ ਉਹਨਾਂ ਦੇ ਵਾਅਦੇ ਪੂਰੇ ਹੋ ਰਹੇ ਹੈ, ਸਭ ਕੁਝ ਪੂਰਾ ਹੋ ਰਿਹਾ, ਜੋ ਕਹਿੰਦੇ ਸੀ ਉਹ ਸਭ ਪੂਰਾ ਹੋ ਰਿਹਾ। ਕਹਿੰਦੇ ਸੀ ਬਕਲ ਸਿਰ ਸਭ ਕੁਝ ਹੋਏਗਾ, ਟਾਈਮ ਦੇ ਇੰਤਜ਼ਾਰ ਕਰੋ, ਬਕਲ ਸਿਰ ਸਭ ਕੁਝ ਹੋਏਗਾ। ਔਰ ਉਹਨਾਂ ਦੇ ਬਚਨ ਜਿਹੜੇ ਸਾਰੇ ਪੂਰੇ ਹੋ ਰਹੇ, ਸੋ ਜਿਨ੍ਹਾਂ ਨੂੰ ਅੱਖੀਂ ਦੇਖਿਆ ਅਸੀਂ ਉਹਨਾਂ ਨੂੰ ਕਿੱਦਾਂ ਭੁੱਲਾਂਗੇ, ਜੇ ਭੁੱਲ ਜਾਈਏ ਤਾਂ ਕਿੱਥੇ ਜਾਵਾਂਗੇ। ਹਾਂਜੀ, ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨ ਚੇਤ ਮਿਲਾਏ ਤੋ ਪ੍ਰਭੂ, ਤਿਸ ਕੇ ਪਾਏ ਲਾਗਾ। ਮੰਗਲਵਾਰ ਦਾ ਦਿਨ, ਵਿਸਾਖ ਦਾ ਮਹੀਨਾ, ਇਹ ਮਹਾਰਾਜ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 12 ਮਨ, ਔਰ ਇਹ ਬਾਣੀ ਵਿਚਾਰਨ ਯੋਗ ਹੈ। ਉਹਨਾਂ ਸੰਤਾਂ ਮਹਾਂਪੁਰਖਾਂ ਨੇ ਕਮਾਈ ਕੀਤੀ, ਜੋ ਕੰਮ ਕੀਤਾ ਸੋ ਬਾਣੀ 'ਚ ਲਿਖਿਆ ਹੈ, ਔਰ ਫਿਰ ਪਰਤ ਕੇ ਫਿਰ ਸੰਤਾਂ ਦੇ ਪਾਸ ਹੀ, ਸੰਤਾਂ ਦੀ ਸ਼ਰਨ ਵਿੱਚ ਪਾਈ ਆਓ, ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਹੈ। ਅਸੀਂ ਕਈ ਵਾਰ ਵਿਚਾਰ ਕੀਤੀ ਹੈ ਕਿ ਹਜ਼ਾਰਾਂ ਸਾਲ ਹੋ ਚੁੱਕੇ ਹੋਣਗੇ, ਜਿਨ੍ਹਾਂ ਦਰਿਆਵਾਂ ਤੀਰਥਾਂ 'ਤੇ ਕੋਈ ਰਿਸ਼ੀ ਮੁਨੀ ਹੋਏ ਹੈ, ਕੋਈ ਹੌਲੀਏ ਪੈਗੰਬਰ ਹੋਏ ਹੈ, ਉਹ ਦਰਿਆ ਅੱਜ ਤੱਕ ਵੀ ਅਸੀਂ ਲੋਕ ਪੂਜ ਰਹੇ ਹਾਂ ਔਰ ਉਹਨਾਂ ਦਰਿਆਵਾਂ 'ਤੇ ਜਾ ਕੇ ਇਸ਼ਨਾਨ ਕਰਦੇ ਹਾਂ ਕਿ ਸਾਡੀ ਮੈਲ ਲੱਥ ਜਾਏਗੀ, ਸਾਡੇ ਕਰਮ ਦੂਰ ਹੋ ਜਾਣਗੇ। ਹਜ਼ਾਰਾਂ ਲੋਕ ਪੈਦਲ ਜਾਂਦੇ ਹੈ, ਗੱਡੀਆਂ 'ਤੇ ਜਾਂਦੇ ਹੈ ਅਤੇ ਲੱਖਾਂ ਦੇ ਖਰਚ ਕਰਦੇ ਹੈ, ਲੇਕਿਨ ਜਿਨ੍ਹਾਂ ਨੂੰ ਅਸੀਂ ਅੱਖੀਂ ਦੇਖਿਆ ਹੈ, ਜਿਨ੍ਹਾਂ ਨੂੰ ਅੱਖੀਂ ਦੇਖਿਆ, ਜਿਨ੍ਹਾਂ ਨੇ ਕੰਮ ਕੀਤਾ ਹੈ, ਉਹ ਜ਼ਬਰਦਸਤ ਬੰਦਗੀ ਕੀਤੀ ਹੈ। ਕਿਆ ਉਹਨਾਂ ਦੀ ਇੱਟਾਂ, ਉਹਨਾਂ ਦੇ ਮਕਾਨ, ਉਹਨਾਂ ਦੇ ਰਾਹ ਰਸਤੇ ਜੇ ਸਾਡੀ ਯਾਦ ਵਿੱਚ ਆਉਣਗੇ, ਕਿੱਧਰ ਗਏ ਹੈ ਸੈਰ, ਕਿੱਥੇ ਬੈਠੇ ਹੈ, ਜੇ ਸਾਡੀ ਨਜ਼ਰਾਂ ਦੇ ਅੰਦਰ ਆਉਣਗੇ, ਕੀ ਸਾਡੀ ਕਲਿਆਣ ਨਹੀਂ ਹੋਏਗੀ। ਹਜ਼ਾਰਾਂ ਸਾਲ ਜਿਹੜੇ ਰਿਸ਼ੀ ਮੁਨੀ ਹੋ ਕੇ ਚਲੇ ਗਏ, ਉਹ ਦਰਿਆ, ਉਹ ਤੀਰਥ ਬਣਿਆ, ਉਹ ਪੂਜਨੀਕ ਬਣਿਆ,
ਅਸੀਂ ਬਹੁਤ ਸਾਰੇ ਲੋਕ ਆਪਣੀ ਮੁਕਤੀ ਕਰਾਉਣ ਵਾਸਤੇ ਜਾਂਦੇ ਹਾਂ, ਲੇਕਿਨ ਜਿਹਨਾਂ ਨੂੰ ਅੱਖੀਂ ਦੇਖਿਆ ਕਿਆ ਸਾਡਾ ਉਹਨਾਂ ਵੱਲ ਧਿਆਨ ਹੋਏਗਾ ਕਿ ਕਿਹੜੇ ਰਸਤੇ ਜਾਂਦੇ ਸੀ, ਕਦੋਂ ਜਾਂਦੇ ਸਨ, ਅੰਦਰ ਕਦੋਂ ਜਾਂਦੇ ਸੀ, ਬਾਹਰ ਕਦੋਂ ਆਉਂਦੇ ਸਨ, ਕੀ ਸਾਡਾ ਨਹੀਂ ਸਾਡੀ ਕਲਿਆਣ ਨਹੀਂ ਹੋਏਗੀ? ਅਸੀਂ ਤਾਂ ਅੱਖੀਂ ਦੇਖਿਆ ਹੈਗਾ, ਔਰ ਜਿਹਨਾਂ ਦੇਖਿਆ ਉਹਨਾਂ ਦੇਖਿਆ, ਜਿਹਨਾਂ ਦੇਖ ਕੇ ਸੁਣ ਕੇ ਮੰਨ ਲਿਆ ਹੈ, ਅਸੀਂ ਉਹਨਾਂ ਨੂੰ ਵੀ ਬੜੇ ਬਹਾਦਰ ਸਮਝਦੇ ਹਾਂ। ਉਹ ਬੜੇ ਵਿਸ਼ਵਾਸ ਵਾਲੇ ਔਰ ਬਹੁਤ ਪ੍ਰੇਮੀ, ਜਿਹਨਾਂ ਸੁਣ ਕੇ ਮੰਨਿਆ ਕਿ ਠੀਕ ਸੀ, ਦੇਖਿਆ ਨਹੀਂ ਸੁਣ ਲਿਆ ਔਰ ਮੰਨ ਲਿਆ, ਅਸੀਂ ਉਹਨਾਂ ਨੂੰ ਬਹੁਤ ਬੜੇ ਬਹਾਦਰ ਸਮਝਦੇ ਹਾਂ।